ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਬਣੀ ਜਿਮ ਅਤੇ ਵੇਟ ਲਿਫਟਿੰਗ ਕੋਚਿੰਗ ਸੈਂਟਰ ਦੇ ਹਾਲਾਤ ਬਦਤਰ ਹੋ ਗਏ ਨੇ, ਜੋ ਖਿਡਾਰੀ ਭਵਿੱਖ ਵਿੱਚ ਪੰਜਾਬ ਜਾਂ ਦੇਸ਼ ਦੇ ਲਈ ਮੈਡਲ ਜਿੱਤਣ ਦਾ ਸੁਪਨਾ ਦੇਖ ਕੇ ਉੱਥੇ ਤਿਆਰੀ ਕਰ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਸੁਵਿਧਾ ਮੁਹੱਈਆ ਨਹੀਂ ਕਰਵਾਈ ਜਾ ਰਹੀ। ਵੇਟ ਲਿਫਟਿੰਗ ਕੋਚਿੰਗ ਸੈਂਟਰ ਦੇ ਹਾਲਾਤ ਜਾਣਨ ਲਈ ਯੂਥ ਅਕਾਲੀ ਦਲ ਦੇ ਮੁੱਖ ਬੁਲਾਰਾ ਗੁਰਪ੍ਰੀਤ ਸਿੰਘ ਖਾਲਸਾ ਪਹੁੰਚੇ ਤੇ ਟੁੱਟੀਆਂ ਮਸ਼ੀਨਾਂ ਵੀ ਠੀਕ ਕਰਵਾਈਆਂ। ਸਾਨੂੰ ਰੈਗੂਲਰ ਬੇਸਿਸ ਤੇ ਕੋਚਿੰਗ ਨਹੀਂ ਮਿਲ ਰਹੀ ਜੀ, ਕਿਉਂਕਿ ਕੋਚ ਸਾਡੇ ਕੋਲ ਹੈਗੇ ਆ, ਬਟ ਉਹ ਫਿਰ ਉਹਨਾਂ ਨੂੰ ਦੋ ਸੈਂਟਰ ਸਾਹਮਣੇ ਪੈਂਦੇ ਜੀ ਫਲੋਰ ਤੋਂ, ਉਹ 40 ਕਿਲੋਮੀਟਰ ਟਰੈਵਲ ਕਰਨਾ ਪੈਂਦਾ ਜੀ ਉਹਨਾਂ ਨੂੰ ਰੋਜ਼, ਉਹ ਕਰ ਨਹੀਂ ਸਕਦੇ। ਤਾਂ ਮਤਲਬ ਇਹ ਹੈ ਕਿ ਸਾਡੀ ਫਿਰ ਡਾਇਟ ਦਾ ਸ਼ਡਿਊਲ, ਸਾਰਾ ਕੋਚਿੰਗ ਦਾ ਸ਼ਡਿਊਲ ਉਹਨਾਂ ਨੇ ਬਣਾਉਣਾ ਹੈ ਜੀ, ਉਹ ਨਹੀਂ ਬਣਾ ਪਾ ਰਹੇ, ਉਹਦੇ ਕਰਕੇ ਸਾਡੇ ਵਰਕਆਊਟ ਪਿੱਛੇ ਪੈ ਰਿਹਾ, ਸਾਡੇ ਗੇਮਸ ਵਿੱਚ ਪੋਜੀਸ਼ਨਾਂ ਜਿਹੜੀਆਂ ਸਾਰੇ ਬੱਚਿਆਂ ਦੇ ਪਿੱਛੇ ਪੈ ਰਹੀਆਂ। ਦੂਜਾ ਇਹ ਹੈ ਕਿ ਸਾਡੀਆਂ ਜਿਹੜੀਆਂ ਰੋਡਸ ਆ, ਸਾਡੀਆਂ ਪਲੇਟਫਾਰਮ, ਇਹਨਾਂ ਦੀ ਮੇਨਟੇਨੈਂਸ ਸਰ ਹੁੰਦੀ ਹੈ ਸਾਰੀ ਡਿਪਾਰਟਮੈਂਟ ਵੱਲੋਂ, ਉਹਦੇ ਵੱਲੋਂ ਸਾਨੂੰ ਕੁਛ ਨਹੀਂ ਮਿਲ ਰਿਹਾ। ਸਾਡੀ ਰੋਡਸ ਦੇ ਰੂਬਰੀਕੈਂਟ, ਸਾਡੇ ਗ੍ਰਿਪ ਪਾਊਡਰ, ਸਾਰਾ ਕੁਝ ਅਸੀਂ ਲੈ ਕੇ ਆ ਰਹੇ ਹਾਂ, ਪਲੇਟਾਂ ਦੀ ਜਿਹੜੀ ਮੇਨਟੇਨੈਂਸ ਅਸੀਂ ਕਰ ਰਹੇ ਹਾਂ, ਉਹ ਮਹਿੰਗੇ ਸੈੱਟ ਆ, ਘੱਟ ਤੋਂ ਘੱਟ 4-5 ਲੱਖ ਰੁਪਏ ਦੇ ਸੈੱਟ ਆ ਜੀ। ਉਹਨਾਂ ਦੇ ਵਿੱਚ ਜੇ ਸਾਨੂੰ ਮਤਲਬ ਉਹਦੀ ਮੇਨਟੇਨੈਂਸ ਨਾ ਹੋਈ ਤਾਂ ਉਹ ਆਈ ਗੈਸ ਇੱਕ ਮੰਥ ਦੇ ਵਿੱਚ ਹੀ ਖਰਾਬ ਹੋ ਜਾਣੇ ਆ ਜੀ। ਉਹਨਾਂ ਸਾਰਿਆਂ ਦੀ ਕਲੈਕਸ਼ਨ ਬੱਚੇ ਆਪ ਕਰਕੇ ਪੈਸੇ ਪਾ ਕੇ ਸਾਰਾ ਕੁਝ ਲੈ ਕੇ ਆਉਂਦੇ ਆ ਜੀ, ਉਹਦੀ ਆਪਣੀ ਮੇਨਟੇਨੈਂਸ ਹੁੰਦੀ ਆ। ਜਿੱਦਾਂ ਸਾਡਾ ਜਿਮ ਹੈ ਜੀ, ਜਿਹਦੇ ਵਿੱਚ ਕਾਫੀ ਕ੍ਰੂਸ਼ਲ ਐਕਸਰਸਾਈਜ਼ ਅਸੀਂ ਕਰਦੇ ਹਾਂ ਲਿਫਟਿੰਗ ਬਾਰੇ, ਉਹ ਤਾਂ ਬਿਲਕੁਲ ਹੀ ਯੂਜ਼ 'ਚ ਨਹੀਂ ਹੈਗਾ ਹੁਣ, ਕਿਉਂਕਿ ਉਹਦੀ ਕੋਈ ਰਿਪੇਅਰ ਨਹੀਂ ਹੈਗੀ, ਉਹਨੂੰ ਉੱਦਾਂ ਯੂਜ਼ ਕਰ ਨਹੀਂ ਸਕਦੇ। ਮੈਂ 96 ਕੈਟਾਗਰੀ ਖੇਡਦਾ ਜੀ, ਅਤੇ ਮੈਂ ਨੌਲੇ ਦਾ ਸਟੇਟ ਚੈਂਪੀਅਨ ਰਿਹਾ ਜੀ 2 ਵਾਰੀ, ਸੀਨੀਅਰ ਸਟੇਟ ਚੈਂਪੀਅਨ, ਗੋਲਡ ਮੈਡਲ ਆਏ 2 ਵਾਰੀ, ਅਤੇ ਆਲ ਇੰਡੀਆ ਯੂਨੀਵਰਸਿਟੀ ਵੀ ਚੈਂਪੀਅਨ ਹਾਂ ਮੈਂ, ਨੈਸ਼ਨਲ ਕੁਆਲੀਫਾਈ ਕੀਤਾ ਜੀ, ਮੈਡਲ ਕਾਫੀ ਮੇਰੇ ਕੋਲ, ਅਤੇ ਪਰ ਮੈਨੂੰ ਨੌਕਰੀ ਨਹੀਂ ਮਿਲੀ ਅਜੇ ਤੀਕਾ, ਨੌਕਰੀ ਪਿੱਛੋਂ ਰਹਿ ਜਾਂਦਾ ਜਦੋਂ ਟਰਾਇਲ ਦੇਣ ਜਾਈਦਾ, ਜਾਂ ਕਈ ਵਾਰ ਟਰਾਇਲ ਹੀ ਨਹੀਂ ਆਉਂਦੇ ਜੀ, ਅਤੇ ਜਦੋਂ ਆਪਾਂ ਫਿੱਟ ਹੁੰਦੇ ਜੀ ਪੂਰੇ, ਆਪਾਂ ਪੀਕ 'ਤੇ ਹੁੰਦੇ ਜਦੋਂ, ਅਤੇ ਉਦੋਂ ਸਾਡੇ ਟਰਾਇਲ ਨਹੀਂ ਜੀ ਆਉਂਦੇ ਜਦੋਂ ਆਪਾਂ ਡੈਡ ਹੁੰਦੇ ਹਾਂ। ਅਜੇ ਤੀਕਾ ਉੱਦਾਂ ਫਿਲਹਾਲ ਨੌਕਰੀ ਤਾਂ ਕੋਈ ਨਹੀਂ ਆਈ ਸਾਡੇ ਇਲਾਵਾ, ਵੀ ਸਾਨੂੰ ਜਿਹੜੀ ਨੌਕਰੀ ਮਿਲ ਸਕੇ, ਅਤੇ ਸਾਨੂੰ ਕੋਈ ਸੁੱਖ ਸਹੂਲਤ ਨਹੀਂ ਮਿਲੀ ਗਈ, ਗੇਮ ਤੋਂ ਅਜੇ ਕੁਛ ਵੀ ਨਹੀਂ ਮਿਲਿਆ ਜੀ, ਹੁਣ ਥੱਕ ਕਰਕੇ ਆਪਾਂ ਥੱਕ ਚੁੱਕੇ ਹਾਂ ਜੀ, ਹੁਣ ਆਪਾਂ ਤਾਂ ਛੱਡਣ 'ਤੇ ਆਏ ਜੀ। ਹੁਣ ਆਹ ਦੇਖੋ ਜੀ, ਸਾਡੇ ਕੋਲ ਮੈਡਲ ਮੂਡਲ ਸਾਰੇ ਆ, ਰੱਦੀ ਆਈ ਇੱਕ ਹਿਸਾਬ ਦਾ, ਸਰਟੀਫਿਕੇਟ ਵੀ ਆ, ਇਹਨਾਂ ਦਾ ਕੋਈ ਮੁੱਲ ਹੀ ਨਹੀਂ, ਆਹ ਇੰਟਰਵਰਸਿਟੀ ਸਰਟੀਫਿਕੇਟ ਆਈ ਆਲ ਇੰਡੀਆ ਦੇ, ਇਹਨਾਂ ਦਾ ਕੋਈ ਮੁੱਲ ਥੋੜ੍ਹਾ ਜਾਂ ਤੱਕ ਕੋਈ ਮਿਲੇ ਨਾ, ਕੋਈ ਸੁੱਖ ਸਹੂਲਤ ਨਾ ਮਿਲੇ ਜੀ। ਅਸੀਂ ਆਪ ਹੀ ਕੁਛ ਕਰਦੇ ਰਹੇ, ਜਿੱਦਾਂ ਕੋਈ ਗਰੀਬ ਆ, ਜਿੱਦਾਂ ਕਿਸੇ ਦੇ ਸੱਟ ਲੱਗ ਗਈ, ਪੈਸੇ ਇਕੱਠੇ ਕਰਕੇ ਉਹਨੂੰ ਦੇਣੇ ਆ ਕਿ ਤੂੰ ਆਪਣੀ ਸੱਟ ਠੀਕ ਕਰ ਲੈ ਜਾਂ ਕਿੱਦਾਂ, ਫਿਰ ਕਿਰ ਵੀ ਆ। ਜਿੱਦਾਂ ਪਹਿਲਾਂ ਕੋਚ ਸਾਹਿਬ ਹੁੰਦੇ ਸੀ, ਉਹ ਜਿੱਦਾਂ ਪੈਸੇ ਅਫੋਰਡ ਕਰ ਦਿੰਦੇ ਹੁੰਦੇ ਸੀ ਬੱਚੇ ਗਰੀਬ ਨੂੰ, ਉਹ ਤੋਂ ਬਾਅਦ ਕੋਈ ਕੋਈ ਨਹੀਂ, ਸਾਡੀ ਮਾਂ ਨਹੀਂ ਕਿਸੇ ਨੇ ਫੜੀ। ਜਿੱਦਾਂ ਇੱਥੇ ਕਿੰਨੇ ਪਲੇਅਰ ਹੈਗੇ ਨੇ ਅਤੇ ਕਿਹੜੇ ਕਿਹੜੇ ਆਪਣੇ ਲੈਵਲ ਤੱਕ ਖੇਡ ਚੁੱਕੇ ਨੇ ਸਰ? ਇੱਥੇ ਘੱਟੋ ਘੱਟ ਨਹੀਂ ਤਾਂ 20 ਤੋਂ 22 ਪਲੇਅਰ ਵਾ, ਜਿਹੜੇ 7-8 ਅਤੇ ਜੂਨੀਅਰ ਵਾ ਬਹੁਤ, ਉਹ ਸਕੂਲਾਂ ਦੇ ਵਿੱਚ ਚੈਂਪੀਅਨ ਵਾ ਸਾਰੇ ਹੀ, ਅਤੇ 6-7 ਪਲੇਅਰ ਇੱਦਾਂ ਦੇ ਆ ਜਿਹੜੇ ਇੰਟਰਵਰਸਿਟੀ ਗੋਲਡ ਮੈਡਲ ਆ, ਸੀਨੀਅਰ ਗੋਲਡ ਮੈਡਲ ਆ, ਅਤੇ ਬਾਕੀ ਸਾਰੇ ਮਤਲਬ ਕਿ ਉਸ ਗੋਲਡ ਮੈਡਲ ਹੀ ਆ ਸਾਰਿਆਂ ਦੇ ਜਿੱਦਾਂ ਮੈਡਲ। ਘਾਟ ਇਹੀ ਹੈ ਮੇਨ ਕਿ ਸਾਡੇ ਕੋਲ ਜਿੰਮ ਨਹੀਂ ਹੈਗਾ, ਸਾਡੇ ਕੋਲ ਕੋਚ ਸਾਹਿਬ ਨਹੀਂ ਹੈਗੇ, ਕਿ 3 ਕੁ ਮਹੀਨੇ ਹੋ ਗਏ ਆਪਾਂ ਆਪ ਹੀ ਟ੍ਰੇਨਿੰਗ ਕਰਨ ਡੇ, ਜਿੱਦਾਂ ਰਲ ਮਿਲ ਕੇ, ਜਿੱਦਾਂ ਸੀਨੀਅਰ ਪਲੇਅਰ ਆ ਕੇ, ਸਾਨੂੰ ਜੰਮੂ ਤੋਂ ਆ ਕੇ ਸੀਨੀਅਰ ਪਲੇਅਰ ਜਿਹੜਾ ਆ ਕੇ ਕੋਈ ਟ੍ਰੇਨਿੰਗ ਕਰਾਉਣ ਡਿਆ, ਜਿੱਦਾਂ ਕੋਚ ਸਾਹਿਬ ਆ ਜਾਂਦੇ ਆ ਫਲੋਰ ਤੋਂ, ਉਹ ਟ੍ਰੇਨਿੰਗ ਕਰਾਉਂਦੇ ਆ ਸਾਨੂੰ। ਸਭ ਨੂੰ ਵੱਡੀ ਮੁਸ਼ਕਲ ਇਹੀ ਆ ਕਿ ਕੋਚ ਸਾਹਿਬ ਇੱਥੇ ਸਾਨੂੰ ਅਫੋਰਡ ਕੀਤੇ ਜਾਣ, ਸਾਡੀ ਜਿੰਮ ਦਾ ਕੀਤਾ ਜਾਵੇ, ਅਤੇ ਜਾਂ ਸਾਡੇ ਥੋੜ੍ਹੀ ਜਿਹੀ ਹੈਲਪ ਕੀਤੀ ਜਾਵੇ। ਜਿੱਦਾਂ ਕਿਸੇ ਵੇਲੇ ਇਹ ਗੁਰੂ ਗੋਬਿੰਦ ਸਿੰਘ ਸਟੇਡੀਅਮ ਹਾਕੀ ਦਾ ਗੜ ਰਿਹਾ, ਐਥਲੀਟ ਦਾ ਗੜ ਰਿਹਾ, ਫੁੱਟਬਾਲ ਦੀਆਂ 2 ਸੰਤੋਸ਼ ਟਰਾਫੀਆਂ ਨੈਸ਼ਨਲ ਲੈਵਲ ਦੀਆਂ ਤੇ ਹੋ ਚੁੱਕੀਆਂ ਨੇ। ਅੱਜ ਹਾਲਾਤ ਇਹ ਨੇ ਕਿ ਸਪੋਰਟਸ ਡਿਪਾਰਟਮੈਂਟ ਦੇ ਫੁੱਟਬਾਲ ਦੇ ਵਿੰਗ ਅਤੇ ਹਾਕੀ ਦੇ ਵਿੰਗ ਬੰਦ ਪਏ ਨੇ। ਕਿਉਂ ਸਰਕਾਰਾਂ ਨਹੀਂ ਜਾਗਦੀਆਂ? ਕਿਉਂ ਬੱਚਿਆਂ ਦੇ ਨਾਲ ਇਹ ਦੁਸ਼ਮਣੀਆਂ ਕੱਢ ਰਹੇ ਨੇ?